ਔਰ ਇਲਾਕੇ ਦੇ ਮੇਰੇ ਵੀਰੋ ਅਤੇ ਭੈਣੋ, ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਪਾਸ ਪਹੁੰਚ ਸਕਿਆ, ਲੇਟ ਹੋ ਗਏ ਔਰ ਉਹਦੀ ਮਾਫ਼ੀ। ਕਾਰਨ ਇਹ ਕਿ ਇਹ ਜਿਹੜੀ ਸਾਡੀ ਵਿਰੋਧੀ ਨੇ ਨਾ, ਇਹ ਹਰ ਵੇਲੇ ਕੋਈ ਨਾ ਕੋਈ ਛੇੜਛਾੜ ਕਰਦੇ ਰਹਿੰਦੇ ਨੇ, ਅਤੇ ਮੈਂ ਹੈਲੀਕਾਪਟਰ 'ਚ ਆਉਣਾ ਸੀ ਅਤੇ ਮੈਂ ਬੈਠਾ ਸੀ ਰਾਜਸਥਾਨ ਸੀ ਹਵਾਈ ਅੱਡੇ 'ਚ, ਉੱਥੋਂ ਪਤਾ ਲੱਗਿਆ ਕਿ ਜੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਇੱਥੇ ਆਉਣ ਦੀ, ਪਠਾਨਕੋਟ ਬੰਦ ਹੋ ਗਿਆ। ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਅਸੀਂ ਗੱਡੀ 'ਚ ਹੀ ਚੱਲਾਂਗੇ। ਇਸ ਕਿਸਮ ਦੀਆਂ ਗੱਲਾਂ ਨਾਲ ਇਹ ਹੁੰਦੀਆਂ ਨੇ ਉਦੋਂ ਜਦੋਂ ਬਖਲਾਹਟ ਆ ਜਾਂਦੀ ਹੈ ਇਨਸਾਨ ਦੇ ਵਿੱਚ। ਔਰ ਅੱਜ ਇਹ BJP ਦੇ ਵਿੱਚ ਹਿੰਦੁਸਤਾਨ ਪੱਧਰ 'ਤੇ ਬਖਲਾਹਟ ਆਈ ਹੋਈ ਹੈ, ਛੋਟੀਆਂ ਛੋਟੀਆਂ ਗੱਲਾਂ। ਕਦੇ ਤੁਸੀਂ ਸੁਣਿਆ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਦੇਸ਼ ਦੇ ਨਾਲ ਨੂੰ ਸੰਬੋਧਨ ਕਰੇ ਜਾਂ ਬੋਲੇ, ਕਿਸ ਗਿਰਾਵਟ ਦੇ ਵਿੱਚ ਉਹਨਾਂ ਦੀਆਂ ਗੱਲਾਂ ਆਉਂਦੀਆਂ ਨੇ? ਕਦੇ ਨਹੀਂ ਮੈਂ ਦੇਖਿਆ ਪਹਿਲਾਂ, ਮੈਨੇ ਯਾਦ ਨੇ, ਮੈਂ ਤਕਰੀਰਾਂ ਸੁਣੀਆਂ ਬਹੁਤ ਲੋਕਾਂ ਦੀਆਂ। ਇੰਦਰਾ ਗਾਂਧੀ ਜੀ ਦੀ ਸਪੀਚ ਮੈਂ ਪਾਰਲੀਮੈਂਟ ਦੇ ਵਿੱਚ ਉਦੋਂ ਸੀ, ਰਾਜੀਵ ਜੀ ਦੀ ਸਪੀਚਾਂ, ਵਾਜਪਾਈ ਜੀ ਦੀ ਸਪੀਚਾਂ, ਜਦੋਂ ਅਸੀਂ ਹੁੰਦੇ ਸੀ ਸੈਂਟਰਲ ਹਾਲ ਦੇ ਵਿੱਚ ਬੈਠੇ ਔਰ ਪਤਾ ਲੱਗਦਾ ਸੀ ਕਿ ਵਾਜਪਾਈ ਜੀ ਬੋਲ ਰਹੇ, ਅਸੀਂ ਸਾਰੇ ਅੰਦਰ ਜਾਂਦੇ ਸੀ ਸੁਣਨ ਲਈ। ਉਹ ਜ਼ਮਾਨਾ ਕੁਛ ਹੋਰ ਸੀ, ਹੁਣ ਕੁਛ ਹੋਰ ਹੀ ਬਣ ਗਿਆ। ਛੋਟੀਆਂ ਛੋਟੀਆਂ ਗੱਲਾਂ 'ਚ ਪੈ ਜਾਂਦੇ ਆ, ਝੂਠ ਬੋਲਦੇ ਆ ਮੁਲਕ ਦੇ ਸਾਹਮਣੇ, ਇਹ ਕੈਸੇ ਕੰਮ ਚੱਲੂ? ਤੁਹਾਨੂੰ ਸੁਨੀਲ ਜੀ ਨੇ ਦੱਸਿਆ ਹੁਣ ਜਿਸ ਤਰੀਕੇ ਨਾਲ ਇਹ ਸਿਰਫ ਵੋਟਾਂ ਲੈਣ ਵਾਸਤੇ ਕਿ 15 ਲੱਖ ਰੁਪਈਆ ਮੈਂ ਕਿਸੇ ਦੀ ਸਾਰਿਆਂ ਦੀ ਜੇਬ ਦੇ ਵਿੱਚ ਪਾ ਦੂੰਗਾ, ਜਦ ਤੁਹਾਨੂੰ ਪਤਾ ਹੈ ਕਿ ਨਹੀਂ ਤੁਸੀਂ ਪਾ ਨਹੀਂ ਰਹੇ, ਫਿਰ ਝੂਠ ਬੋਲਣ ਦੀ ਕੀ ਲੋੜ ਹੈ? ਔਰ ਇਹੀ ਹੈ ਇੱਥੇ ਕੰਮ ਅੱਜ ਚੱਲ ਰਿਹਾ ਸਾਰੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ, ਬਿਲਕੁਲ ਗਲਤ ਗੱਲਾਂ ਇੱਥੇ ਹੋ ਰਹੀਆਂ ਨੇ। ਦੇਖੋ ਮੇਰੇ ਵੀਰੋ ਔਰ ਭੈਣੋ, ਇਹ ਦੇਸ਼ ਬੜੀ ਔਖੀ ਘੜੀ ਦੇ ਵਿੱਚੋਂ ਗੁਜ਼ਰਿਆ, ਇਹ ਦੇਸ਼ ਨੂੰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇਸ਼ ਦੇ ਵਿੱਚ ਲੋਕ ਵਸਦੇ ਨੇ ਹਰ ਮਜ਼ਹਬ ਦੇ, ਹਰ ਜਾਤ ਪਾਤ ਦੇ। ਸਾਡੀ ਜਿਹੜੀ ਮਜ਼ਬੂਤੀ ਹੈ ਉਹ ਇਸ ਗੱਲ 'ਚ ਹੈ ਕਿ ਚਾਹੇ ਕਿਸੇ ਵੀ ਜਾਤ ਪਾਤ, ਕਿਸੇ ਵੀ ਮਜ਼ਹਬ ਦੇ ਹੋ, ਆਪਣੇ ਆਪ ਨੂੰ ਆਪਾਂ ਹਿੰਦੁਸਤਾਨੀ ਕਹਾਉਂਦੇ ਹਾਂ। ਸਾਡਾ ਮੁਲਕ, ਸਾਡਾ ਦੇਸ਼, ਉਹ ਹੈ ਸਾਡੀ ਤਾਕਤ। ਔਰ ਅਗਰ ਇਹ ਸੈਕੂਲਰ ਫੋਰਸ ਜਿਹੜੀ ਹੈ ਉਹਦੇ ਵਿੱਚ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਦੇਸ਼ ਨੂੰ ਕਮਜ਼ੋਰ ਕਰਨ ਦੀ ਗੱਲਾਂ ਕਰ ਰਿਹਾ। ਇਹੀ ਹੈ ਮੋਦੀ। ਚਾਹੇ ਕੋਈ ਮਜ਼ਹਬ ਦੇ ਅਸੀਂ ਲੋਕ ਇੱਥੇ ਵੱਸਦੇ ਹਾਂ ਜਾਂ ਕੋਈ ਵੀ ਜਾਤ ਪਾਤ 'ਤੇ, ਆਪਣੇ ਆਪ ਨੂੰ ਇੱਕ ਪਰਿਵਾਰ ਸਮਝਦੇ, ਅਸੀਂ ਹਿੰਦੁਸਤਾਨੀ ਪਰਿਵਾਰ ਸਮਝਦੇ ਔਰ ਅਸੀਂ ਰਹਿਣਾ ਚਾਹੀਦਾ ਸਾਨੂੰ। ਇਹ ਸਹੀ ਗੱਲ ਹੈ ਜਿਹਦੇ ਨਾਲ ਇਹ ਦੇਸ਼ ਆਪਣਾ ਤਕੜਾ ਹੋ। ਕਈ ਲੋਕਾਂ ਦੀ ਨਜ਼ਰ ਸਾਡੇ 'ਤੇ ਹੈ, ਸਾਡਾ ਗੁਆਂਢੀ ਹੈ, ਤੁਹਾਡਾ ਗੁਆਂਢੀ ਹੈ, ਪਾਕਿਸਤਾਨ ਕੋਈ ਘੱਟ ਨਹੀਂ ਕਦੇ ਕਰਦਾ, ਚੀਨ ਵੀ ਉੱਧਰੋਂ ਉੱਥੋਂ ਆਪਣੇ ਅੱਖਾਂ ਦਿਖਾਈ ਜਾਂਦਾ। ਤਾਂ ਸਾਡੇ ਵਾਸਤੇ ਇੱਕ ਹਕੂਮਤ ਚਾਹੀਦੀ ਹੈ ਸਾਡੇ ਦੇਸ਼ 'ਚ, ਜਿਹੜੀ ਸਾਹਮਣੀਆਂ ਇਸ ਚੀਜ਼ਾਂ ਦਾ ਸਾਹਮਣਾ ਕਰ ਸਕਣ। ਔਰ ਅੱਜ ਇੱਕ ਮੌਕਾ ਮਿਲਿਆ ਸਾਨੂੰ, ਇਹ ਦੇਸ਼ ਦੀ ਲੜਾਈ ਹੈ। ਮੈਂ ਜਾਣਦਾ ਕਈ ਲੋਕ ਗੱਲਾਂ ਇੱਥੇ ਹੋਈਆਂ ਨੇ ਆਪਣੇ ਪੰਜਾਬ ਦੀਆਂ, ਕਿਉਂਕਿ ਤੁਹਾਡੇ ਨਾਲ ਸੰਬੰਧਿਤ ਗੱਲਾਂ ਨੇ ਉੱਥੇ, ਆਪਣੇ ਇਲਾਕੇ ਦੇ ਨਾਲ ਸੰਬੰਧਿਤ ਨੇ, ਲੇਕਿਨ ਇਹ ਹੈ ਦੇਸ਼ ਦੀ ਲੜਾਈ। ਆਪਾਂ ਨੇ ਦੇਸ਼ ਦੇ ਵਿੱਚ ਇੱਕ ਹਕੂਮਤ ਬਣਾਉਣੀ ਹੈ, ਇੱਕ ਪ੍ਰਾਈਮ ਮਿਨਿਸਟਰ ਦੇਣਾ ਜਿਹੜਾ ਇਹ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦਾ ਸਾਹਮਣਾ ਕਰ ਸਕਦਾ। ਇੱਕ ਸਮੇਂ ਸੀ ਰਾਜੀਵ ਜੀ ਨਹੀਂ ਕਦੇ ਸੋਚਦੇ ਸੀ ਕਿ ਮੈਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣੂੰ, ਉਹ ਤਾਂ ਕੁਦਰਤੀ ਤੌਰ 'ਤੇ ਇੰਦਰਾ ਜੀ ਚਲੇ ਗਏ, ਫਿਰ ਸੰਜੇ ਗਾਂਧੀ ਜੀ ਚਲੇ ਗਏ,
ਤੇ ਇਹਨਾਂ ਦੇ ਉੱਪਰ ਇਹ ਬੋਝ ਪੈ ਗਿਆ। ਔਰ ਮੈਂ ਯਾਦ ਹੈ ਮੈਨੂੰ ਉਹ ਦਿਨ ਜਦੋਂ ਪਹਿਲੀ ਚੋਣ ਇਹਨਾਂ ਦੀ ਹੋਈ ਅਮੇਠੀ ਦੇ ਵਿੱਚ, ਅਮੇਠੀ ਦਾ ਹਿੱਸਾ ਇਹਨਾਂ ਨੇ ਚਾਰ ਚ ਵੰਡਤਾ, ਇੱਕ ਹਿੱਸਾ ਮੈਨੂੰ ਦੇਤਾ ਤੇ ਮੈਨੂੰ ਕਹਿੰਦੇ ਕਿ ਤੁਸੀਂ ਇਹ ਸਾਹਮਣਾ। ਔਰ ਆਹ ਤਕਰੀਰ ਕੋਈ ਐਡੀ ਕੁ ਜਿਹੀ ਤਕਰੀਰ ਸੀ ਕਾਗਜ਼ 'ਤੇ ਲਿਖੀ ਹੋਈ ਕਿ ਅਗਰ ਕਦੇ ਮੈਂ ਕੋਈ ਗੱਲ ਭੁੱਲ ਜਾਵਾਂ ਤਾਂ ਮੈਨੂੰ ਯਾਦ ਕਰਾ ਦੇਣਾ ਪਿੱਛੇ ਬਹਿ ਕੇ। ਔਰ 2 ਸਾਲਾਂ ਬਾਅਦ ਮੈਂ ਬੈਠਾ ਸੀ, ਟੈਲੀਵਿਜ਼ਨ ਦੇਖ ਰਿਹਾ ਸੀ, ਜਦ ਇਹ ਯੂਨਾਈਟਿਡ ਨੇਸ਼ਨ ਦੇ ਵਿੱਚ ਜਾ ਕੇ ਅਸੀਂ ਜੀ ਵਧੀਆ ਤਕਰੀਰ ਕੀਤੀ ਰਾਜੀਵ ਜੀ ਨੇ ਕਿ ਸਾਰੀ ਦੁਨੀਆ ਮੰਨ ਗਈ। ਔਰ ਉਸ ਤੋਂ ਬਾਅਦ ਉਹਨਾਂ ਦੀ ਇੱਜ਼ਤ ਇੰਨੀ ਬਣੀ, ਇੰਦਰਾ ਜੀ ਦੀ ਇੱਜ਼ਤ, ਦੇਸ਼ ਦੀ ਇੱਜ਼ਤ, ਰਾਜੀਵ ਜੀ ਦੀ ਇੱਜ਼ਤ, ਦੇਸ਼ ਦੀ ਇੱਜ਼ਤ, ਇਹ ਗੱਲਾਂ ਬਣੀਆਂ ਸੀ। ਈਵਨ ਵਾਜਪਾਈ ਜੀ, ਉਹਨਾਂ ਦੀ ਵੀ ਬੜੀ ਇੱਜ਼ਤ ਦੁਨੀਆ ਕਰਦੀ ਸੀ। ਲੇਕਿਨ ਆਹ ਜਿਹੜਾ ਮੋਦੀ ਬੈਠਾ ਹੈ ਇਸ ਤਰੀਕੇ ਨਾਲ ਜਿਹੜੇ ਕੰਮ ਕਰਦੇ, ਆਹ ਦੇਖ ਲਓ ਆਹ ਕਿਹੜੀ ਕਿਹੜੀ ਮੈਗਜ਼ੀਨ ਹੈ, ਟਾਈਮ ਮੈਗਜ਼ੀਨ ਅਮੈਰੀਕਾ ਦੀ, ਇਹਨਾਂ ਨੇ ਇਹਦੀ ਤਸਵੀਰ ਲਾ ਕੇ ਮੋਦੀ ਦੀ ਆ ਲਿਖਿਆ ਹੈ, ਇੰਡੀਆ ਡਿਵਾਈਡਰ ਇਨ ਚੀਫ, ਕਿ ਇੰਡੀਆ ਨੂੰ ਤੋੜਨ ਦੀ ਗੱਲਾਂ ਇਹ ਕਰ ਰਿਹਾ ਹੈ। ਟਾਈਮ ਮੈਗਜ਼ੀਨ ਮੰਨੀ ਹੋਈ ਦੁਨੀਆ ਦੀ ਇੱਕ ਇੱਕ ਰਸਾਲਾ। ਤੋ ਇਹ ਗੱਲਾਂ ਜਦੋਂ ਆਪਾਂ ਦੇਖਦੇ ਹਾਂ, ਤੁਹਾਨੂੰ ਖਾਸ ਕਰਕੇ, ਆਪਾਂ ਕਿੱਥੇ ਬੈਠੇ ਹਾਂ, ਬਾਰਡਰ ਦੇ ਉੱਪਰ ਬੈਠੇ ਹਾਂ, ਭੁੱਲ ਗਏ ਦੀਨਾ ਨਗਰ ਜਦੋਂ ਇਹਨਾਂ ਦਾ ਹਮਲਾ ਹੋਇਆ ਸੀ, ਆ ਗਏ ਸੀ ਇੱਥੇ, ਕਾਬੂ ਕਰ ਲਏ ਸੀ 4-5 ਸੀ, ਫਿਰ ਪਠਾਨਕੋਟ ਅਤੇ ਹਵਾਈ ਅੱਡੇ ਦੇ ਵਿੱਚ ਆ ਗਏ। ਇਹਨਾਂ ਦੀ ਹਰ ਵੇਲੇ ਇਹ ਛੇੜਛਾੜ ਰਹੂਗੀ ਸਾਡੇ ਨਾਲ, ਇਹਨਾਂ ਦਾ ਜਿਹੜਾ ਜਿਹੜਾ ਵੀ ਹੈ ਸਲੂਕ ਅਸੀਂ ਆਪ ਹੀ ਵਰਤ ਲਾਂਗੇ, ਕੋਈ ਵਰ ਨਹੀਂ। ਮੈਂ ਤਾਂ ਕਿਹਾ ਹੋਇਆ, ਮੈਂ ਇਹਨੂੰ ਕਿਹਾ ਬਾਜਵੇ ਨੂੰ, ਮੈਂ ਕਿਹਾ ਤੈਨੂੰ ਹਿੰਮਤ ਹੈ ਤਾਂ ਆ ਜਾ ਸਾਡੇ ਕੋਲ, ਅਸੀਂ ਬੈਠੇ ਹੋ ਰਹੇ। ਜਦੋਂ ਸਾਡੇ ਬੰਦੇ ਪਲਵਾਮਾ 'ਚ ਮਾਰਤੇ ਸੀ, ਕੀ ਨਾਮ ਸੀ ਉਹਦਾ, 31 ਬੰਦੇ ਤੁਸੀਂ ਜਾ ਕੇ ਉੱਥੇ ਜਵਾਨ ਜਿਹੜੇ ਸੁੱਤੇ ਪਏ ਨੇ ਉਹਦੇ ਜਾ ਰਹੇ ਨੇ ਉਹਦੇ ਮਾਰਦੇ ਤੁਸੀਂ, ਔਰ ਫਿਰ ਉੱਥੇ ਤੁਸੀਂ ਜਾ ਕੇ ਫਿਰ ਤੁਸੀਂ ਇਹ ਪਲਵਾਮਾ ਤੋਂ ਬਾਅਦ ਜੋ ਬਾਲਾਕੋਟ ਸਟ੍ਰਾਈਕ ਕੀਤਾ, ਫਿਰ ਤੁਸੀਂ ਕਹੋ ਸਾਡੇ ਬੜੇ ਛਾਤੀ ਛੱਪੜ ਇੰਚਦੀ ਹੈ, ਮੈਂ ਇਹ ਬਹਾਦਰੀ ਕੀਤੀ, ਤੂੰ ਕੀ ਕੀਤੀ ਭਾਈ। ਕੋਈ ਕਹਿੰਦੇ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਕਦੇ ਇਹੋ ਜਿਹਾ ਕਦਮ ਨਹੀਂ ਉਹਨੇ ਚੱਕਿਆ, ਇਹ ਭੁੱਲ ਗਿਆ ਕਿ ਇੰਦਰਾ ਜੀ ਨੇ ਤਾਂ ਪਾਕਿਸਤਾਨ 2 ਫਾੜ ਕਰਤਾ ਸੀ, ਬੰਗਲਾਦੇਸ਼ ਬਣਾਤਾ ਸੀ, ਔਰ ਕਦੇ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਮੈਂ ਕੀਤਾ। ਹਰ ਵੇਲੇ ਉਹਨਾਂ ਦੀ ਇਹੀ ਮਨ ਸੀ ਕਿ ਹਿੰਦੁਸਤਾਨ ਦੀ ਫੌਜ ਨੇ ਕੀਤਾ, ਹਿੰਦੁਸਤਾਨ ਦੀ ਏਅਰਫੋਰਸ ਐਂਡ ਨੇਵੀ ਨੇ ਕੀਤਾ, ਸਾਡੀ ਪੈਰਾਮਿਲਟਰੀ ਨੇ ਕੀਤਾ। ਔਰ ਉਹ ਸ਼ਲਾਘਾ ਕਰਦੇ ਸੀ, ਹਰ ਵੇਲੇ ਕਹਿੰਦੇ ਸੀ ਕਿ ਫੀਲਡ ਮਾਰਸ਼ਲ ਮਾਨਿਕ ਸ਼ਾਹ ਨੂੰ ਮੈਂ ਵਧਾਈ ਦੇਣੀ ਹੈ, ਸਮਾਂ ਉਦੋਂ ਜਨਰਲ ਸੀ, ਜਨਰਲ ਮਾਨਿਕ ਸ਼ਾਹ, ਇਸ ਕੰਮ 'ਤੇ ਉਹਨਾਂ ਨੂੰ ਫੀਲਡ ਮਾਰਸ਼ਲ ਬਣਾਇਆ ਗਿਆ ਸੀ। ਤਾਂ ਇਹ ਗੱਲਾਂ ਜਿਹੜੀਆਂ ਨੇ ਆਪਾਂ ਨਹੀਂ ਭੁੱਲ ਸਕਦੇ ਕਿ ਇਹ ਦੇਸ਼ ਦੀ ਫੌਜ ਹੈ, ਇਸ ਦੇਸ਼ ਦੀ ਫੌਜ ਦੇ ਵਿੱਚ ਮੈਂ ਸੇਵਾ ਕੀਤੀ 10 ਸਾਲ, ਤੁਹਾਡੇ ਵਿੱਚੋਂ ਬੜੇ ਹੋਣੇ ਆ ਫੌਜੀ, ਹੈ ਉਹਨੇ ਫੌਜੀ ਬੈਠੇ, ਹੱਥ ਚੱਕੋ ਜਰਾ, ਨਾ ਇਹ ਤਾਂ ਸਾਰੀ ਫੌਜ ਹੀ ਬੈਠੀ ਆ ਸਾਡੀ। ਕੋਈ 3 ਡੋਗਰਾ ਦਾ ਹੈ ਉਰੇ, 3 ਡੋਗਰਾ ਕੌਣ ਹੈ, 3 ਡੋਗਰਾ ਤੁਹਾਡੀ ਪਲਟਨ ਔਰ ਮੇਰੀ ਪਲਟਨ, ਆਪਾਂ ਪੁੰਛ ਦੇ ਵਿੱਚ 1965 ਰਾਜਾ ਔਰ ਰਾਣੀ ਦੀ ਲੜਾਈ 'ਚ ਇਕੱਠੇ ਲੜੇ ਸੀ। ਬੜੀ ਖੁਸ਼ੀ ਹੈ ਤੁਹਾਨੂੰ ਅੱਜ ਮਿਲ ਕੇ ਉਰੇ, ਬਹੁਤ ਵਧੀਆ ਪਲਟਨ ਹੈ ਉਹ। ਤੋ ਇਹ ਜਿਹੜੀਆਂ ਗੱਲਾਂ ਨੇ, ਇਹ ਜਿਹੜੇ ਆਪਣੇ ਆਪ ਨੂੰ ਕਹਿਣਾ ਕਿ ਮੈਂ ਕੀਤਾ ਸਭ ਕੁਝ, ਇਹ ਗੱਲ ਨਹੀਂ ਹੈ, ਇਹ ਦੇਸ਼ ਦੀ ਫੌਜ ਹੈ, ਬੜਾ ਫਖਰ ਨਾਲ ਅਸੀਂ ਸਾਰਿਆਂ ਨੇ ਉਹਦੀ ਸੇਵਾ ਕੀਤੀ। ਇੰਡੀਅਨ ਆਰਮੀ ਕਹਿੰਦੇ ਸੀ, ਇੰਡੀਆ ਦੀ ਆਰਮੀ, ਇੰਡੀਅਨ ਨੇਵੀ, ਇੰਡੀਅਨ ਏਅਰਫੋਰਸ, ਔਰ ਜੋ ਇਹਨਾਂ ਨੇ ਬਹਾਦਰੀ ਦਿਖਾਈ
ਜਦ ਬਾਲਾਕੋਟ ਹੋਇਆ ਹੁਕਮ ਸੀ ਗਵਰਨਮੈਂਟ ਦਾ, ਹੁਕਮ ਦਿੱਤਾ ਹੋਣਾ ਮੋਦੀ ਨੇ ਆਪਣੇ ਕੈਬਨਿਟ ਨੂੰ ਪੁੱਛ ਕੇ, ਆਪਣੇ ਚੀਫ ਏਅਰ ਸਟਾਫ, ਆਰਮੀ ਸਟਾਫ, ਨੇਵੀ ਸਟਾਫ ਨੂੰ ਪੁੱਛ ਕੇ ਇਹਨਾਂ ਨੇ ਗੱਲ ਕੀਤੀ ਹੋਣੀ ਹੈ। ਲੇਕਿਨ ਕੀਤੀ ਕਿਹਨੇ? ਹਿੰਦੁਸਤਾਨ ਦੇ ਏਅਰਫੋਰਸ ਨੇ ਔਰ ਹਿੰਦੁਸਤਾਨ ਦੀ ਫੌਜ। ਇਹ ਇਕੱਲੀ ਉਹਨਾਂ ਦੀ ਇੱਕ ਨਹੀਂ ਸੀ, ਬਾਲਾਕੋਟ ਦੀ ਜਿਹੜੀ ਸਟ੍ਰਾਈਕ ਸੀ ਉਹ ਵਿੰਗ ਕਮਾਂਡਰ ਜੀ ਨੇ ਆਪਣਾ ਇੱਕ ਪੁਰਾਣੇ ਜਹਾਜ਼ ਨਾਲ ਇੱਕ ਉਹਨਾਂ ਦਾ F-16 ਜਹਾਜ਼ ਢਾਇਆ ਸੀ। ਸਾਡੇ ਤਾਂ ਰੋਜ਼ ਬਾਰਡਰ ਦੇ ਉੱਪਰ ਤੋਪਖਾਨੇ ਜਾਂ ਮਸ਼ੀਨ ਗਨ ਦੀ ਫਾਇਰ ਚੱਲ ਰਹੀ ਹੈ, ਪਤਾ ਨਹੀਂ ਕੋਈ ਦਿਨ ਨਹੀਂ ਲੰਘਦਾ ਕਿਤੇ ਦੋ ਚਾਰ ਜ਼ਖਮੀ ਨਹੀਂ ਹੁੰਦੇ ਜਾਂ ਸਾਡੇ ਦੋ ਅਫਸਰ ਜੇਸੀ ਔਰ ਜਵਾਨ ਮਰਦੇ ਨਹੀਂ ਉੱਥੇ। ਤਾਂ ਬਹੁਤ ਪਹਿਲਾਂ ਤੋਂ ਚੱਲ ਰਹੀ ਹੈ। 1965 ਤੋਂ ਮੈਨੂੰ ਯਾਦ ਹੈ, 1965 ਦੇ ਦੌਰਾਨ ਜਿਹੜੀ ਇਹ ਕਹਿੰਦਾ ਕਿ ਮੈਂ ਕਰਾਈ ਹੈ, ਮੇਰਾ ਖਿਆਲ ਜਦੋਂ ਸਾਡੀ ਇਹ ਲੜਾਈ ਹੋਈ ਸਪਟੰਬਰ ਦੇ ਵਿੱਚ, ਲੇਕਿਨ ਜੁਲਾਈ 'ਚ ਉਹਨਾਂ ਨੇ ਦਾਖਲਾ ਕਰਤਾ ਸੀ ਸਾਡੇ ਸ਼ੁਰੂ 'ਚ, ਔਰ ਅਸੀਂ ਵੀ ਉੱਧਰ ਦਾਖਲਾ ਕਰਕੇ ਰੇਡ ਕਰਦੇ ਸੀ। ਜਿਹੜਾ ਹੁਣ ਸਟ੍ਰਾਈਕ ਕਹਿੰਦੇ ਨੇ ਕਿ ਸਟ੍ਰਾਈਕ ਅਸੀਂ ਕਰ ਰਹੇ ਹਾਂ, ਸਾਡੇ ਸਮੇਂ ਤਾਂ ਕ੍ਰੋਸ ਬਾਰਡਰ ਰੇਡ ਕਰਦੇ ਸੀ ਅਸੀਂ, ਔਰ ਉਹ ਕ੍ਰੋਸ ਬਾਰਡਰ ਰੇਡ ਦੇ ਵਿੱਚ ਮੇਰਾ ਖਿਆਲ ਉਸ ਸਾਲ ਦੇ ਵਿੱਚ ਉਹ 3 ਮਹੀਨਿਆਂ ਦੇ ਵਿੱਚ 100 ਤਾਂ ਉੱਥੇ ਹੀ ਹੋ ਗਿਆ ਹੋਣਾ ਕ੍ਰੋਸ ਬਾਰਡਰ ਰੇਡ। ਤਾਂ ਕਿਹੜੇ ਕੇਲ ਕਰਦੇ ਨੇ ਕਿ ਅਸੀਂ ਕਰਦੇ ਹਾਂ। ਇਹ ਦੇਸ਼ ਦੀ ਫੌਜ ਨੂੰ ਤੁਸੀਂ ਸਲਾਮ ਕਰੋ, ਵਧਾਈ ਦਿਓ, ਸਲੂਟ ਕਰੋ ਕਿ ਇਹਨੇ ਸਾਡੇ ਜਵਾਨ ਔਰ ਸਾਡੇ ਏਅਰਮੈਨ ਜਿਨ੍ਹਾਂ ਨੇ ਇਹ ਸਭ ਕੁਝ ਪ੍ਰਾਪਤੀ ਕੀਤੀ ਹੈ। ਇਹ ਅੱਜ ਅਮਨ ਦਾ ਸਮਾਂ ਆ ਗਿਆ, ਅਸੀਂ ਚਾਹੁੰਦੇ ਹਾਂ ਅਮਨ। ਅਗਰ ਦੇਸ਼ 'ਤੇ ਹਮਲਾ ਹੋਊਗਾ, ਪੰਜਾਬੀ, ਹਰ ਪੰਜਾਬੀ ਖੜਾ ਹੋਊਗਾ, ਲੇਕਿਨ ਅਸੀਂ ਨਹੀਂ ਚਾਹੁੰਦੇ ਕਿ ਜੰਗ ਦੇ ਵਿੱਚ ਪਈਏ, ਕਿਉਂਕਿ 540 ਕਿਲੋਮੀਟਰ ਲੰਬਾ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਹੈ, ਔਰ ਜਿੱਥੇ ਕਦੇ ਕੋਈ ਟੈਂਕ ਚੱਲਣਗੇ, ਤੋਪਖਾਨੇ ਚੱਲਣਗੇ, ਇਹ ਚੱਲਣਗੇ ਸਾਡੇ ਪੰਜਾਬ ਦੀ ਧਰਤੀ ਦੇ ਵਿੱਚ, ਔਰ ਸਾਡੇ ਪੰਜਾਬੀ ਮਰਨਗੇ ਇੱਥੇ। ਅਸੀਂ ਚਾਹੁੰਦੇ ਹਾਂ ਸ਼ਾਂਤੀ। ਮੈਂ ਤਾਂ ਸਮਾਂ ਇਹਨਾਂ ਨੂੰ ਕਿਹਾ ਕਈ ਵਾਰ ਕਿ ਤੁਸੀਂ ਜਿਹੜੀ ਇਹ ਲਾਉਂਦੇ ਹੋ, ਆਪਣੇ ਇੰਡਸਟਰੀ ਲਾਉਂਦੇ ਹੋ, ਆਪਾਂ ਨੂੰ ਦੋ ਚੀਜ਼ ਜਗ੍ਹਾ ਚੁਣਨੀ ਚਾਹੀਦੀ ਹੈ। ਇੱਕ ਤਾਂ ਪੰਜਾਬ ਚੁਣੂਗਾ ਆਪਣੇ ਕੰਡੀ ਦਾ ਬੈਲਟ, ਔਰ ਹਿੰਦੁਸਤਾਨ ਨੂੰ ਸਾਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਕਿ ਬਾਰਡਰ ਦੇ ਨਾਲ ਨਾਲ ਅਸੀਂ ਇੰਡਸਟਰੀ ਲਾਈਏ। ਜੇ ਪਾਕਿਸਤਾਨ ਲਾ ਰਹੀ ਹੈ, ਅਗਰ ਉਹ ਲਾ ਰਹੇ ਨੇ ਤਾਂ ਆਪਾਂ ਕਿਉਂ ਲਾ ਸਕਦੇ? ਤਾਂ ਕਿ ਤੁਸੀਂ ਜਿਹੜੇ ਸਾਡੇ ਇੱਥੇ ਸਾਡੇ ਬੱਚੇ ਨੇ ਜੋ ਪੜ੍ਹ ਕੇ ਆਉਂਦੇ ਨੇ ਕਾਲਜ ਤੋਂ, ਸਕੂਲਾਂ ਤੋਂ, ਸਾਰੇ ਕਿਤੇ, ਉਹਨਾਂ ਵਾਸਤੇ ਆਪਾਂ ਸਾਧਨ ਨਹੀਂ ਬਣਾਉਣੇ ਨੌਕਰੀ ਦੇ? ਇੰਡਸਟਰੀ ਜਦ ਆਊਗੀ, ਸਟੇਟ ਦੇ ਵਿੱਚ ਖਜ਼ਾਨੇ ਦੇ ਵਿੱਚ ਜਾਓ, ਤੁਸੀਂ ਆਹ ਚੀਜ਼ਾਂ ਬਹੁਤ ਮੰਗਦੇ ਹੋ ਡਿਵੈਲਪਮੈਂਟ ਦੀਆਂ, ਉਹ ਚੀਜ਼ਾਂ ਦੇ ਵਾਸਤੇ ਉਹ ਪੈਸਾ ਜਾਊਗਾ, ਔਰ ਸਾਡੇ ਬੱਚਿਆਂ ਦੀ ਨੌਕਰੀਆਂ। ਇਹ ਸਭ ਤੋਂ ਵੱਡੀ ਗੱਲ। ਅੱਜ ਸਮੱਸਿਆ ਅਗਰ ਦੇਸ਼ ਦੀ ਕੁਛ ਹੈ, ਸਭ ਤੋਂ ਵੱਡੀ ਬੇਰੁਜ਼ਗਾਰੀ ਹੈ, ਔਰ ਉਹ ਬੇਰੁਜ਼ਗਾਰੀ ਦੂਰ ਕਰਨੀ ਸਟੇਟਾਂ ਦੀ ਔਰ ਸੈਂਟਰ ਦੀ ਜ਼ਿੰਮੇਵਾਰੀ ਹੁੰਦੀ ਹੈ। 10 ਸਾਲ ਦੇ ਵਿੱਚ ਅਕਾਲੀਆਂ ਨੇ 4 ਲੱਖ ਨੌਕਰੀਆਂ ਨਹੀਂ ਦਿੱਤੀਆਂ, ਮੈਂ 2 ਸਾਲ ਦੇ ਵਿੱਚ ਅਸੀਂ 8 ਲੱਖ ਪੂਰੀਆਂ ਕਰ ਦਿੱਤੀਆਂ। 4 ਸਾਡੇ ਨੌਕਰੀ ਦੇ ਜੋਬ ਮੇਲਿਆਸ ਹੋਏ ਨੇ, ਹੋਰ ਹੁਣ 5ਵਾਂ ਹੋਣ ਲੱਗਿਆ। ਅਸੀਂ ਸਿਰਫ ਉਰੇ ਹੀ ਨਹੀਂ, ਅਸੀਂ ਜਿਹੜੇ ਬਾਹਰ ਜਾਣਾ ਚਾਹੁੰਦੇ ਹਾਂ ਉਹਨਾਂ ਵਾਸਤੇ ਵੀ ਇੱਕ ਮਹਿਕਮਾ ਦਾਤਾ ਕਿ ਉਹ ਮਹਿਕਮੇ ਦੇ ਰਾਹੀਂ ਜਾਣ, ਇਹਨਾਂ ਦੇ ਰਾਹੀਂ ਨਾ ਜਾਣ ਜਿਹੜੇ ਇਹਨਾਂ ਨੂੰ ਠੱਗਦੇ ਰਹਿੰਦੇ ਨੇ ਇੱਥੇ। ਅਸੀਂ ਉਹਨਾਂ ਦੇ ਵਾਸਤੇ ਕੁਝ ਕਰਾਂਗੇ। ਇੱਕ ਇਸ ਸਾਲ ਅਸੀਂ 10,000 ਦਾ ਟਾਰਗੇਟ ਰੱਖਿਆ ਕਿ ਅਗਰ 10,000 ਬੱਚੇ ਜਾਣਾ ਚਾਹੁਣ ਬਾਹਰ, ਅਸੀਂ ਤੁਹਾਡੀ ਮਦਦ ਕਰਾਂਗੇ, ਤੁਸੀਂ ਸਾਡੇ ਕੋਲ ਆਓ, ਉੱਥੇ ਨਾ ਜਾਓ। ਇਹ ਤੁਹਾਡੀ ਮਰਜ਼ੀ ਹੈ, ਪਰਿਵਾਰਾਂ ਦੀ ਮਰਜ਼ੀ ਹੈ ਕਿ ਬੱਚੇ ਨੂੰ ਉਰੇ ਰੱਖਣਾ ਹੈ, ਬਾਹਰ ਪੜ੍ਹਨਾ ਹੈ। ਮੈਂ ਤਾਂ ਚਾਹੁੰਦਾ ਅਗਰ ਮੇਰਾ ਹੋਏ ਕਿ ਮੇਰਾ ਬੱਚਾ ਤਾਂ ਘਰੇ ਰਹੇ ਔਰ ਉਰੇ ਹੀ ਰਹੇ ਮੇਰੇ ਕੋਲ ਔਰ ਉਰੇ ਹੀ ਨੌਕਰੀ ਕਰੇ। ਔਰ ਇਸ ਕਰਕੇ ਜ਼ਰੂਰੀ ਹੈ ਕਿ ਇੰਡਸਟਰੀਅਲ ਬੈਲਟ ਸਾਨੂੰ ਇੱਥੇ ਬਣਾਉਣੇ ਪੈਣਗੇ, ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣੀ ਪਊ। ਇੱਕ ਜ਼ਮਾਨਾ ਸੀ
ਜਦੋਂ ਸਾਡਾ ਇਕੱਠਾ ਪੰਜਾਬ ਸੀ, ਹਰਿਆਣਾ, ਹਿਮਾਚਲ, ਪੰਜਾਬ ਇਕੱਠੇ ਹੁੰਦੇ ਸੀ ਸਾਡੇ, ਉਦੋਂ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਨੇ ਸਾਡਾ ਇੰਡਸਟਰੀਅਲ ਬੈਲਟ ਉਹਦੇ ਲੈ ਗਏ ਹਰਿਆਣੇ 'ਚ, ਜਿਹੜਾ ਹੁਣ ਹਰਿਆਣਾ ਹੈ ਉਦੋਂ ਤੋਂ ਪੰਜਾਬ ਹੀ ਹੁੰਦਾ ਸੀ, ਗਾਜ਼ੀਆ ਆਪਣਾ ਫਰੀਦਾਬਾਦ ਔਰ ਗੁੜਗਾਓਂ, ਇਸ ਲਈ ਲੈ ਗਏ ਕਿਉਂਕਿ ਸਾਡੇ ਝਗੜਾ ਪਾਕਿਸਤਾਨ ਨਾਲ ਚੱਲਦਾ ਰਹਿੰਦਾ ਸੀ, ਲੜਾਈ ਹੋਈ ਸੀ ਉਦੋਂ ਸਾਡੀ, ਚੀਨ ਦੇ ਨਾਲ ਵੀ ਹੋਈ ਸੀ, ਅਤੇ ਉਹਨਾਂ ਨੇ ਕਿਹਾ ਬਾਰਡਰਾਂ ਤੋਂ ਦੂਰ ਰੱਖੋ ਇਸ ਇੰਡਸਟਰੀ ਨੂੰ। ਉਹ ਫਿਰ ਕੁਦਰਤੀ ਤੌਰ 'ਤੇ ਆ ਜਿਹੜੇ ਅਕਾਲੀ ਇੱਥੇ ਲੜ ਰਹੇ ਨੇ ਹੁਣ, ਇਹਨਾਂ ਨੇ ਪੰਜਾਬੀ ਸੂਬਾ ਬਣਾਤਾ। ਕਿਉਂ ਬਣਾਤਾ? ਤਾਂ ਕਿ ਜਿੱਥੇ 22% ਸਿੱਖ ਸੀ ਉਹ ਮੈਜੋਰਿਟੀ ਦੇ ਵਿੱਚ ਆ ਜਾਣ ਔਰ ਅਕਾਲੀ ਸਰਕਾਰ ਬਣਾਉਂਦੇ ਰਹਿਣ, ਇਹੀ ਇਹਨਾਂ ਦੀ ਸੋਚ ਸੀ। ਇਹ ਮੈਂ ਕਹਿ ਰਿਹਾ, ਇਹਨਾਂ ਦੀ ਸੋਚ ਚਾਹੇ ਮੋਦੀ ਦੀ ਹੋਏ ਜਾਂ ਚਾਹੇ ਬਾਦਲ ਦੀ ਹੋਏ, ਦੇਸ਼ ਤੋੜਨ ਦੀ ਹੈ। ਔਰ ਇਹਨਾਂ ਨੇ ਆਪਣੇ ਬਣਾਤੇ ਇੱਥੇ ਇੰਡਸਟਰੀ ਦੂਰ ਜਾ ਕੇ, ਉਹ ਫਿਰ ਹਰਿਆਣਾ ਬਣਾਤਾ ਔਰ ਉਹ ਦੇਤਾ ਸਭ ਕੁਛ ਹਰਿਆਣੇ ਨੂੰ। ਹਿਮਾਚਲ ਦਾ ਸਾਡਾ ਪਾਣੀ ਦਾ ਪ੍ਰਬੰਧ ਸਭ ਕੁਝ, ਜਿਹੜਾ ਬਿਜਲੀ ਦਾ ਪ੍ਰਬੰਧ ਸਭ ਕੁਝ ਦੇਤਾ ਤੁਸੀਂ, ਇੱਕ ਨਵੇਂ ਹਿਮਾਚਲ ਨੂੰ ਬਣਾਤਾ। ਉੱਥੇ ਰਹਿ ਕੇ ਗਿਆ ਪੰਜਾਬ 200 ਮੀਲ ਇੱਧਰ ਨੂੰ ਔਰ 200 ਮੀਲ ਇੱਧਰ ਨੂੰ, ਬਸ ਆਹੀ ਪੰਜਾਬ ਰਹਿ ਗਿਆ। ਔਰ ਹੈ ਕੀ ਸਾਡੇ ਕੋਲ? ਕਣਕ ਜਾਂ ਝੋਨਾ। ਸਾਡੇ ਕੋਲ ਹੋਰ ਜਿਹੜੀ ਇੰਡਸਟਰੀ ਹੈ ਥੋੜ੍ਹੀ ਬਹੁਤੀ ਹੈ GT ਰੋਡ ਦੇ ਨਾਲ, ਨਹੀਂ ਤਾਂ ਕੁਛ ਹੈ ਉਹ ਨਹੀਂ ਸਾਡੇ ਕੋਲ। ਫਿਰ ਕਿੱਥੇ ਜਾਊਗਾ, ਜਾਣਗੇ ਸਾਡੇ ਬੱਚੇ? ਇਸ ਕਰਕੇ ਹੁਣ ਇੰਡਸਟਰੀ ਦਾ ਆਪਾਂ ਨੂੰ ਸੋਚਣਾ ਪਊਗਾ ਔਰ ਅਸੀਂ ਕਰ ਰਹੇ ਹਾਂ। ਆਹ ਤੁਹਾਨੂੰ ਦੱਸਿਆ ਸੀ ਕਿ ਹੁਣੇ ਅਸੀਂ ਪਠਾਨਕੋਟ ਦੇ ਵਿੱਚ, ਇੱਕ ਸੁਨੀਲ ਜੀ ਨੇ ਦੱਸਿਆ ਸੀ, ਇੱਕ ਜੈਪੁਰੀਆ ਜੀ ਨੇ ਇੱਕ ਪਲਾਂਟ ਲਾਇਆ ਜਿੱਥੇ 5,000 ਬੰਦਾ ਉੱਥੇ ਲੱਗੂ। ਪਰ ਇਹ ਸਿਰਫ ਇਹ ਪੀਣ ਵਾਸਤੇ ਨਹੀਂ, ਜੂਸ ਵਗੈਰਾ ਬਣਾਉਣ ਦਾ, ਇਹ ਉਸ ਵਾਸਤੇ ਵੀ ਕਿ ਇੱਥੇ ਦੁੱਧ ਦਾ ਵੀ ਪ੍ਰਬੰਧ ਕਰਨਗੇ। ਔਰ ਮੇਰਾ ਖਿਆਲ ਕੋਈ ਕਿੰਨੇ ਕੁ 10,000 ਪਰਿਵਾਰ ਇੱਥੇ ਨਵੇਂ ਡੰਗਰ ਵਗੈਰਾ ਰੱਖਣ ਨੂੰ ਪ੍ਰਬੰਧ ਕਰ ਰਹੇ ਨੇ, ਤਾਂ ਕਿ ਉਹਨਾਂ ਦਾ ਦੁੱਧ ਇਸ ਫੈਕਟਰੀ ਦੇ ਵਿੱਚ ਹੀ ਜਾਏ। ਤਾਂ ਦੁੱਧ ਦਾ ਵੀ ਬਣਾਵਾ। ਸਾਡੀ 2 ਫਸਲਾਂ ਹੀ ਹੁੰਦੀਆਂ ਨੇ, ਇੱਕ ਤਾਂ ਧਰਤੀ ਦੇ ਵਿੱਚ, ਇੱਕ ਸਾਡੇ ਖੜੀਆਂ ਰਹਿੰਦੀਆਂ ਨੇ ਮੱਝਾਂ ਔਰ ਗਊਆਂ, ਇੱਥੋਂ ਹੀ ਹੁੰਦੀਆਂ ਨੇ, ਇੱਥੋਂ ਹੀ ਆਮਦਨ ਹੈ ਸਾਡੀ। ਹੋਰ ਕੀ ਪੰਜਾਬ ਦੇ ਕੋਲ ਆਮਦਨ ਹੈ ਜਿਹੜਾ ਕਿਸਾਨ ਹੈ ਸਾਡਾ? ਤਾਂ ਇਹ ਗੱਲਾਂ ਆਪਾਂ ਹੁਣ ਸ਼ੁਰੂ ਕਰਤਾ ਔਰ ਇਹ ਸਾਰੇ ਬਾਰਡਰ ਬੈਲਟ 'ਚ ਮੈਂ ਲਿਆ ਰਿਹਾ। ਜਦ ਆਉਂਦਾ ਕੋਈ ਮੇਰੇ ਕੋਲ, ਮੈਂ ਕਹਿੰਦਾ ਪਹਿਲਾਂ ਜਾ ਕੇ ਉੱਧਰ ਦੇਖੋ, ਅੰਮ੍ਰਿਤਸਰ ਦੇਖੋ, ਤਰਨ ਤਾਰਨ ਦੇਖੋ, ਗੁਰਦਾਸਪੁਰ ਦੇਖੋ ਔਰ ਬਾਰਡਰ ਦੇ ਵਿੱਚ ਲੈ ਕੇ ਆਓ। ਔਰ ਅਸੀਂ ਸੈਂਟਰ ਤੋਂ ਮੰਗਿਆ ਕਿ ਸਾਨੂੰ ਕੋਈ ਖਾਸ ਕਿਸਮ ਦੀ ਮਦਦ ਕਰੋ ਤਾਂ ਕਿ ਅਸੀਂ ਬਾਰਡਰ 'ਚ ਲਗਵਾ ਸਕੀਏ। ਅੱਜ ਇੱਥੇ ਇਲਾਕੇ ਦਾ ਥੋੜ੍ਹੀ ਕੁਝ ਗੱਲਾਂ ਸੀਆਂ ਜਿਹੜੀ ਤੁਸੀਂ ਚਾਹੁੰਦੇ ਸੀ ਕਿ ਆਪਾਂ ਉਰੇ ਕਰੀਏ। ਪਹਿਲੀ ਗੱਲ ਤਾਂ ਮੈਨੂੰ ਪਤਾ ਹੈ, ਇਹ ਜਿਹੜੇ ਲੋਕ ਨਾ ਸਾਡੇ ਗੁਆਂਢੀ ਨੇ ਨਾ, ਇਹ ਇੱਥੇ ਨਸ਼ੇ ਵੇਚਦੇ ਨੇ, ਬਹੁਤ ਭੇਜਦੇ ਨੇ ਨਸ਼ੇ। ਇਹ ਨਸ਼ੇ ਇਹ ਚਾਹੁੰਦੇ ਨੇ, ਇਹਨਾਂ ਦੀ ਕੌਣ ਕਰਦਾ? ਇਹਨਾਂ ਦੀ ਪਾਕਿਸਤਾਨ ਦੇ ਫੌਜ ਦੇ ਵਿੱਚ ਇੱਕ ISI ਹੈ ਜਿਹੜੀ ਇਹ ਗੱਲਾਂ ਕਰਦੀ ਹੈ। ਕੀ ਕਰਦੇ ਨੇ? ਉਹ ਚਾਹੁੰਦੇ ਨੇ ਕਿ ਪੰਜਾਬ ਦੇ ਬੱਚੇ ਖਤਮ ਹੋ ਜਾਣ, ਇੱਕ ਪੀੜ੍ਹੀ ਖਤਮ ਹੋ ਜਾਏ, ਔਰ ਉਹ ਸਮਝਦੇ ਨੇ ਉਹਨਾਂ ਦੇ ਖਤਮ ਹੋਣ ਨਾਲ ਇਹਨਾਂ ਦੀ ਤਾਕਤ ਬਣਦੀ ਹੈ ਫਿਰ ਪਾਕਿਸਤਾਨ ਦੀ। ਸੋ ਅਸੀਂ ਇਹਦੇ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚੱਕੀ ਹੋਈ ਹੈ। ਮੈਂ 26,000 ਤਾਂ ਸਾਡੇ ਕੇਸ ਹੋ ਗਏ ਨੇ ਔਰ 22,000 ਬੰਦੇ ਜੇਲ੍ਹ ਦੇ ਵਿੱਚ ਨੇ ਇਸ ਵੇਲੇ, ਜਿਹੜੇ ਵੇਚ ਰਹੇ ਨੇ ਇਸ ਨਸ਼ੇ ਨੂੰ ਔਰ ਸਾਡੇ ਬੱਚਿਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਂ ਕਿਸੇ ਨੂੰ ਅੰਦਰ ਜੇਲ੍ਹ 'ਚ ਪਾਉਣਾ ਨਹੀਂ ਚਾਹੁੰਦਾ, ਲੇਕਿਨ ਅਗਰ ਕੋਈ ਸਮਝਦਾ ਕਿ ਮੈਂ ਪਾਕਿਸਤਾਨ ਦਾ ਦੇ ਵਿੱਚ ਹਿੱਸਾ ਪਾ ਕੇ ਉਹਨਾਂ ਦੇ ਜਿਹੜੀ ISI ਦਾ ਕੰਮ ਕਰਕੇ ਮੈਂ ਨਸ਼ੇ ਵੇਚ ਕੇ ਪੰਜਾਬ ਦੇ ਬੱਚਿਆਂ ਨੂੰ ਖਤਮ ਕਰੂੰ, ਉਹ ਮੈਂ ਅਮਰਿੰਦਰ ਸਿੰਘ ਇਹਨਾਂ ਨੂੰ ਗੱਲ ਨਹੀਂ ਹੋਣ ਦੇਣਾ ਔਰ ਅਸੀਂ ਬੜੀ ਸਖਤੀ ਕਰਾਂਗੇ ਇਸ ਦੇ ਉੱਪਰ।
ਤੋ ਅੱਜ ਇੱਕ ਤਾਂ ਇਹ ਸੀ, ਇੱਕ ਨੌਕਰੀਆਂ ਦੀ ਮੈਂ ਤੁਹਾਨੂੰ ਕਹਿਤਾ ਕਿ ਪੈਪਸੀ ਦਾ ਉਹ ਪਲਾਂਟ ਲੱਗ ਗਈ, ਇਹਦੇ ਦੁੱਧ ਵੀ ਆਊਗਾ, ਔਰ ਸ਼ੂਗਰ ਮਿਲ ਮੈਨੂੰ, ਮੈਂ ਹੁਣੀ ਮਿਨਿਸਟਰ ਸਾਹਿਬ ਨਾਲ ਗੱਲ ਕਰ ਰਿਹਾ ਸੀ, ਗੁਰਦਾਸਪੁਰ ਦੀ ਸ਼ੂਗਰ ਮਿਲ। ਦੇਖੋ ਦੂਰ ਅੰਦੇਸ਼ੀ ਕੈਸੇ ਹੁੰਦੀ ਹੈ, ਮੈਂ ਅਫਸਰ ਦਾ ਨਾਮ ਨਹੀਂ ਲੈਂਦਾ, ਲੇਕਿਨ 1985-86 'ਚ ਮੈਂ ਐਗਰੀਕਲਚਰ ਦਾ ਵਜ਼ੀਰ ਸੀ ਪੰਜਾਬ ਦਾ, ਔਰ ਮੈਂ ਮੇਰੇ ਕੋਲ ਕੋਆਪਰੇਟਿਵ ਮਹਿਕਮਾ ਮੇਰੇ ਕੋਲ ਨਹੀਂ ਸੀ, ਉਹ ਕਿਸੇ ਹੋਰ ਕੋਲ ਸੀ, ਲੇਕਿਨ ਉਹ ਅਫਸਰ ਹੀ ਸੀ ਕਿਉਂਕਿ ਉੱਥੇ ਬੜੇ ਘੱਟ ਮਿਨਿਸਟਰ ਬਣੇ ਸੀ, 3-4 ਹੀ ਸੀ, ਉਹ ਅਫਸਰਾਂ ਕੋਲ ਹੀ ਛੱਡਿਆ ਹੋਇਆ ਸੀ। ਅਤੇ ਉਦੋਂ ਮੇਰੀ ਉਹਨਾਂ ਦੇ ਨਾਲ ਬਹਿਸ ਹੋਈ ਉਸ ਅਫਸਰ ਨਾਲ ਕਿ ਤੁਸੀਂ 800 ਟਨ ਦੇ ਜਿਹੜੇ ਮਿੱਲ ਬਣਾਉਂਦੇ ਹੋ, ਅੱਜ ਯੂਪੀ ਦੇ ਵਿੱਚ 10,000, 12,000, 14,000 ਤਾਂ ਜਾ ਰਹੇ ਹੋ, ਕੈਸੇ ਚੱਲਣਗੇ? ਜਿੰਨਾ ਵੱਡਾ ਤੁਹਾਡੀ ਕਪੈਸਿਟੀ ਹੋਏਗੀ, ਇੰਨੀ ਥੋੜ੍ਹੀ ਸਫਲਤਾ ਹੋਊ ਉਸ ਪਲਾਂਟ ਦੀ। ਉਹ ਮੇਰੇ ਨਾਲ ਬਹਿਸ ਕਰਨ ਲੱਗ ਗਿਆ, ਮੈਂ ਕਿਹਾ ਤੇਰੇ ਨਾਲ ਬਹਿਸ ਕਰਨ ਦਾ ਤਾਂ ਫਾਇਦਾ ਨਹੀਂ, ਤੂੰ ਤਾਂ ਮਨ ਬਣਾਇਆ ਹੋਇਆ, 10 ਪਲਾਂਟ ਬਣਾ ਤੇ ਪੰਜਾਬ 'ਚ, ਔਰ 10 ਦੇ 10 ਦਾ ਭੱਠਾ ਬਹਿ ਗਿਆ। ਹੁਣ ਅਸੀਂ ਇੱਕ ਇੱਕ ਕਰਕੇ ਚੱਕ ਰਹੇ ਹਾਂ, ਤੁਹਾਡੇ ਗੁਰਦਾਸਪੁਰ ਪਲਾਂਟ ਦੀ ਜਿਹੜੀ 2,000 ਟਨ ਦੀ ਕਪੈਸਿਟੀ, ਅਸੀਂ ਇਹਨੂੰ 10,000 ਟਨ ਕਰਾਂਗੇ, ਤਾਂ ਕਿ ਜ਼ਿਆਦਾ ਗੰਨਾ ਜਿਹੜਾ ਤੁਹਾਡੇ ਉੱਥੇ ਪਹੁੰਚ ਸਕੇ। ਔਰ ਇਹਦੇ ਵਿੱਚ ਹੀ ਤੁਹਾਡੀ ਐਥਨੋਲ ਦੀ ਪਲਾਂਟ ਲੱਗੇਗੀ, ਕੋ ਜੈਨਰੇਸ਼ਨ ਵੀ ਕਰਾਂਗੇ, ਔਰ ਮਤਲਬ ਬਿਜਲੀ ਦੀ ਪੈਦਾਵਾਰ ਉੱਥੇ ਹੋਏਗੀ, CNG ਵੀ ਇਹਦੇ 'ਚੋਂ ਬਣੂਗਾ। ਔਰ ਇਹ ਮੈਂ ਮਿਨਿਸਟਰ ਸਾਹਿਬ ਨੂੰ ਪੁੱਛਿਆ ਸੀ ਕਿੱਥੇ ਪਹੁੰਚਿਆ, ਕਹਿੰਦੇ ਫਾਈਲ ਤਿਆਰ ਪਈ ਹੈ, ਕੇਸ ਤਿਆਰ ਪਿਆ, 30 ਜੁਲਾਈ ਨੂੰ ਇਹਦਾ ਪੱਥਰ ਮੈਂ ਆ ਕੇ ਰੱਖੂੰਗਾ ਉਰੇ, ਮੈਂ ਅੱਜ ਹੀ ਤੁਹਾਨੂੰ ਦੱਸਦਾ, ਤਾਂ ਕਿ ਅਸੀਂ ਇਹ ਸ਼ੁਰੂ ਕਰੀਏ ਇੱਥੇ ਇਸ ਕੰਮ ਨੂੰ। ਹੋਰ ਜਿਹੜੇ ਏਰੀਆ 'ਚ ਵੀ ਨੇ ਜਿੱਥੇ ਸ਼ੂਗਰ, ਕਿਉਂਕਿ ਸ਼ੂਗਰ ਕੇਨ ਇੱਕ ਗੰਨਾ ਗੰਨੇ ਦਾ ਇਹਦਾ ਪੈਦਾਵਾਰ ਦਾ ਇੱਥੇ ਚੰਗੀ ਪੰਜਾਬ ਦੇ ਵਿੱਚ ਹੋਣੀ ਹੈ, ਔਰ ਅਸੀਂ ਬਸ ਹੁਣ ਇਹਦੀ ਜਿਹੜੀ ਪੈਦਾਵਾਰ ਹੈ ਔਰ ਜੋ ਸ਼ੂਗਰ ਦਾ ਨਿਕਾਲ ਹੈ, ਦੇਖੋ ਸਾਡਾ ਇਹ ਨਹੀਂ ਅਸੀਂ ਕਰ ਸਕਦੇ ਜੈਸੇ ਮਹਾਰਾਸ਼ਟਰ ਵਿੱਚ ਕਰਦੇ ਨੇ ਹੋਰ, ਕਿਉਂਕਿ ਉੱਥੇ 17% ਤਾਂ ਹੀ ਰਿਕਵਰੀ ਹੁੰਦੀ ਹੈ, 9.5-10% ਹੁੰਦੀ ਹੈ। ਤੋ ਇਸ ਕਰਕੇ ਪੈਦਾਵਾਰ ਜਿੰਨੀ ਹੋਊਗੀ, ਉਹਨਾਂ ਸਾਡੇ ਮਿੱਲਾਂ ਨੂੰ, ਉਹਨਾਂ ਕਿਸਾਨਾਂ ਨੂੰ ਫਾਇਦਾ ਔਰ ਮਿੱਲਾਂ ਨੂੰ ਫਾਇਦਾ। ਇਸ ਕਰਕੇ ਅਸੀਂ ਇਸ ਗੱਲ ਨੂੰ ਹੁਣ ਪੂਰਾ ਕਰਾਂਗੇ ਕਿ ਨਵੀਆਂ ਵਰਾਇਟੀ ਵੀ ਗੰਨੇ ਦੀ ਇੱਥੇ ਆ ਜਾਣ। ਇੱਥੇ ਮੈਡੀਕਲ ਕਾਲਜਿਸ ਦੀ ਗੱਲ ਚੱਲੀ ਸੀ ਅੱਜ, ਪਠਾਨਕੋਟ ਔਰ ਗੁਰਦਾਸਪੁਰ ਆਪਾਂ ਨੇ ਅਨਾਊਂਸ ਕਰ ਦਿੱਤਾ ਹੈ। ਇੱਕ ਤੁਹਾਡੀ ਮੰਗ ਸੀ ਕਿ ਇੱਥੇ ਕੋਈ 72 ਪਿੰਡ ਨੇ ਆਪਣੇ ਆ ਜਿਹੜੇ ਬਿਲਕੁਲ ਪਾਣੀ ਦੇ ਨਾਲ ਨੇ, ਔਰ ਉਹਨਾਂ ਨੂੰ ਵੀ ਸਾਡਾ 20 ਤਰੀਕ ਤੋਂ ਅਸੀਂ ਬਿਜਲੀ ਕਰਾਉਂਦੇ ਸੀ ਆਪਣੇ ਝੋਨੇ ਵਾਸਤੇ, ਲੇਕਿਨ ਮੈਂ ਇੱਕ ਹਫ਼ਤਾ ਲਿਆ ਕੇ 13 ਲਿਆਏ, 13 ਤਰੀਕ ਨੂੰ ਸ਼ੁਰੂ ਹੋਜੂ ਪੂਰੇ ਪੰਜਾਬ 'ਚ। ਲੇਕਿਨ ਉਹ ਏਰੀਆ ਜਿੱਥੇ ਸੇਮ ਹੈ ਜਾਂ ਪਾਣੀ ਦੀ ਐਸੇ ਜੈਸੇ ਬਿਲਕੁਲ ਜ਼ਮੀਨ ਦੇ ਵਿੱਚੋਂ ਜਾਂਦੀ ਹੈ, ਉਹ ਪਹਿਲੇ ਹਫ਼ਤੇ ਦੇ ਵਿੱਚ ਹੀ ਅਸੀਂ ਇਜਾਜ਼ਤ ਦੇ ਰਹੇ ਹਾਂ, ਔਰ ਤੁਹਾਨੂੰ ਪਹਿਲੇ ਹਫ਼ਤੇ ਵਿੱਚ ਤੁਸੀਂ ਆਪਣਾ ਝੋਨਾ ਲਾ ਸਕੋਗੇ ਉੱਥੇ। ਅਤੇ ਕਰਤਾਰਪੁਰ ਸਾਹਿਬ ਦੀ ਇੱਕ ਬਹੁਤ ਪੁਰਾਣੀ ਮੰਗ ਰਹੀ, ਜਦ ਤੋਂ ਆਜ਼ਾਦੀ ਆਈ ਔਰ ਪੰਜਾਬ ਔਰ ਪਾਕਿਸਤਾਨ ਅਲੱਗ ਹੋ ਗਏ, ਕਿਸੇ ਨੂੰ ਮੌਕਾ ਨਹੀਂ ਮਿਲਿਆ, ਬੜੇ ਥੋੜ੍ਹਿਆਂ ਨੂੰ ਮਿਲਿਆ ਜਿਹੜੀ ਵੀਜ਼ਾ ਲੈ ਕੇ ਉੱਥੇ ਜਾ ਕੇ ਮੱਥਾ ਟੇਕ ਕੇ ਆਉਂਦੇ ਨੇ, ਅਤੇ ਉਹ ਹੁਣ ਮੈਨੂੰ ਖੁਸ਼ੀ ਹੈ ਕਿ ਉਹ ਲਾਂਘਾ ਸ਼ੁਰੂ ਹੋ ਰਿਹਾ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ, ਔਰ ਆਪਾਂ ਸਾਰੇ ਉੱਥੇ ਜਾ ਸਕਾਂਗੇ। ਤੋ ਇਹ ਗੱਲ ਸ਼ੁਰੂ ਕੀਤੀ ਸੀ ਬਹੁਤ ਪੁਰਾਣੀ, ਇੰਦਰਾ ਜੀ ਨੇ ਪਹਿਲੀ ਗੱਲ ਕੀਤੀ ਪਾਕਿਸਤਾਨ ਦੇ ਨਾਲ, ਉਦੋਂ ਬੇਨਜ਼ੀਰ ਭੁੱਟੋ ਹੁੰਦੀ ਸੀ ਉੱਥੋਂ, ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਜੀ ਨੇ ਪ੍ਰੈਜ਼ੀਡੈਂਟ ਮੁਸ਼ਰਫ ਨਾਲ ਗੱਲ ਕੀਤੀ, 2004-03 ਦੀ ਗੱਲ ਹੈ, 2004 'ਚ ਮੈਨੂੰ ਭੇਜਿਆ, ਮੈਂ ਉਦੋਂ ਮੁੱਖ ਮੰਤਰੀ ਸੀ, 2002 ਤੋਂ ਲੈ ਕੇ 2007 ਤੱਕ
ਕਿ ਤੁਸੀਂ ਪਾਕਿਸਤਾਨ ਜਾਓ, ਪ੍ਰਧਾਨ ਉੱਥੇ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਮਿਲੋ ਔਰ ਪਾਕਿਸਤਾਨ ਦੇ ਚੀਫ ਮਿਨਿਸਟਰ ਨੂੰ ਮਿਲੋ। ਔਰ ਮੈਂ ਗਿਆ ਔਰ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੀ ਗੱਲ ਵੀ ਕਰਨਾ ਔਰ ਉੱਥੇ ਪਰਵੇਜ਼ ਲਾਏ ਜੀ ਚੀਫ ਮਿਨਿਸਟਰ ਸੀ, ਉਹਨਾਂ ਨੂੰ ਮੈਂ ਮਿਲਿਆ। ਉਹ ਕਹਿੰਦੇ ਇਹ ਪ੍ਰੈਜ਼ੀਡੈਂਟ ਸਾਹਿਬ ਨਾਲ ਕਰਨੀ ਪਊ। ਫਿਰ ਅਸੀਂ ਇਸਲਾਮਾਬਾਦ ਚਲੇ ਗਏ, ਉੱਥੇ ਉਹਨਾਂ ਨਾਲ ਗੱਲ ਕੀਤੀ ਔਰ ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਇਹ ਮੰਗ ਆਈ ਹੈ, ਬਹੁਤ ਪੁਰਾਣੀ ਮੰਗ ਹੈ ਔਰ ਅਸੀਂ ਇਸ ਨੂੰ ਦੇਖ ਰਹੇ ਹਾਂ ਕਿ ਕੀ ਹੋ ਸਕਦਾ ਹੈ। ਔਰ ਉਦੋਂ ਫਿਰ ਉਹ ਮੁਸ਼ਰਫ ਵੀ ਚਲੇ ਗਏ, ਲੇਕਿਨ ਇਹ ਗੱਲ ਹੁਣ ਸਿਰੇ ਪਹੁੰਚ ਗਈ ਅਤੇ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਕਿ ਆਹ ਹੁਣ ਅਗਲੇ ਗੁਰਪੁਰਬ 'ਤੇ ਆਪਾਂ ਉੱਥੇ ਜਾ ਸਕਾਂਗੇ। ਔਰ ਮੈਂ ਕਿਹਾ ਹੈ ਕਿ ਪਹਿਲਾਂ ਮੈਂ ਹੀ ਜਾਊਂਗਾ ਉੱਥੇ, ਤੁਹਾਨੂੰ ਲੈ ਕੇ ਜਾਵਾਂਗੇ, ਜਿਨ੍ਹਾਂ ਨੇ ਚੱਲਣਾ ਨਾਲ ਆਪਾਂ ਇਕੱਠੇ ਚੱਲਾਂਗੇ ਉੱਥੇ। ਆ 25 ਕਰੋੜ ਰੁਪਈਆ ਮਿਨਿਸਟਰ ਸਾਹਿਬ ਕਹਿ ਰਹੇ ਨੇ ਕਿ ਸ਼ੂਗਰ ਮਿਲਸ ਵਾਸਤੇ ਇਹ ਫਾਰਮਰਸ ਨੂੰ ਅਸੀਂ ਐਲਾਨ ਕਰ ਦਿੱਤਾ, ਦੇ ਦਿੱਤਾ, ਤੁਹਾਡੇ ਅਕਾਊਂਟ 'ਚ ਆ ਗਿਆ ਸਮਾਂ। ਕੱਲ੍ਹ ਹੀ ਮੈਨੂੰ ਦੱਸ ਰਿਹਾ ਸੀ ਕੋਈ ਕਿ ਜੀ ਬੜਾ ਧੰਨਵਾਦ ਧੰਨਵਾਦੀ ਹਾਂ ਤੁਹਾਡਾ। ਮੈਂ ਕਿਹਾ ਕਿਸੇ ਕਿਹੜੀ ਗੱਲ ਦਾ, ਕਿਹਾ ਜੀ ਮੇਰੇ ਅਕਾਊਂਟ 'ਚੋਂ 25 ਪਹੁੰਚ ਗਏ ਨੇ, ਤਾਂ ਤੁਹਾਡੇ ਅਕਾਊਂਟਾਂ 'ਚ ਜਾ ਰਿਹਾ, ਤਾਂ ਜਿੱਥੇ ਜਿੱਥੇ ਤੁਸੀਂ ਚੈੱਕ ਕਰ ਲੈਣਾ, ਕਿਤੇ ਕਿਸੇ ਦੇ ਨਾਂ ਆਇਆ ਤਾਂ ਦੱਸ ਦੇਣਾ ਤਾਂ ਕਿ ਅਸੀਂ ਚੈੱਕ ਕਰਵਾ ਕੇ ਉਹਦਾ ਠੀਕ ਕਰਾ ਦਈਏ ਉਹਨੂੰ। ਅਤੇ ਇੱਕ ਮੈਨੂੰ ਇਹ ਬਹੁਤ ਦੇਰ ਤੋਂ ਸੁਨੀਲ ਜੀ ਇਹ ਗੱਲ ਕਹਿ ਰਹੇ ਨੇ ਕਿ ਡੋਗਰੀ ਸਰਟੀਫਿਕੇਟ, ਇਹਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਕਿਉਂ ਕਿਉਂ ਨਹੀਂ ਦਿੱਤੀ ਹੋਣੀ। ਕਿਹਨਾਂ ਨੇ ਰੋਕਿਆ? ਆਪਾਂ ਨੇ ਇਹੀ ਨਹੀਂ ਜਿਹੜਾ ਤੰਗ ਕਰਦੇ ਨੇ ਸਾਨੂੰ ਸਾਰਿਆਂ ਨੂੰ। ਅਤੇ ਉੱਥੇ ਮੈਂ ਆਪ ਇਹ ਡੋਗਰੀ ਸਰਟੀਫਿਕੇਟ ਵਾਸਤੇ ਜਾਊਂਗਾ, ਪ੍ਰਾਈਮ ਮਿਨਿਸਟਰ ਨੂੰ ਮਿਲੂੰਗਾ, ਵਾਹਿਗੁਰੂ ਕਰੇ ਸਾਡਾ ਪ੍ਰਾਈਮ ਮਿਨਿਸਟਰ ਬਣੂਗਾ ਔਰ ਇਹ ਤੁਹਾਡਾ ਅਸੀਂ ਕਰਕੇ ਦੇਵਾਂਗੇ ਡੋਗਰੀ ਸਰਟੀਫਿਕੇਟ। ਔਰ ਅੱਜ ਖੁਸ਼ੀ ਹੈ ਕਿ ਮੈਂ ਤੁਹਾਡੇ ਕੋਲ ਇੱਥੇ ਆ ਸਕਿਆ, ਸੁਨੀਲ ਜੀ ਵਾਸਤੇ ਆ ਸਕਿਆ। ਇਹ ਇੱਕ ਅਜਿਹੇ ਜਿਹੇ ਇਨਸਾਨ ਨੇ, ਜਿਹੜੇ ਬੜੀ ਦੂਰ ਅੰਦੇਸ਼ ਨੇ, ਬੜੇ ਪਿਆਰ ਨਾਲ ਕੰਮ ਕਰਦੇ ਨੇ, ਬੜੇ ਮਿਹਨਤੀ ਨੇ, ਔਰ ਦੂਜੇ ਪਾਸੇ ਤੁਹਾਡਾ ਇਹ ਦੂਜਾ ਜਿਹਾ ਟਪੂਸੀ ਮਾਰਨ ਵਾਲਾ ਆ ਗਿਆ। ਹੁਣ ਦੱਸੋ ਮੈਨੂੰ 52 ਸਾਲ ਦੀ ਉਮਰ ਹੈ ਉਹਦੀ, ਕਿੰਨੀ ਹੈ? 62 ਸਾਲ ਦੀ ਉਮਰ, 62 ਸਾਲ ਦੀ ਉਮਰ ਹੈ। ਕਦੇ ਤਾਂ ਟੈਲੀਵਿਜ਼ਨ ਦੇਖ ਲਓ, ਕਦੇ ਤਾਂ ਅਖਬਾਰ ਪੜ੍ਹ ਲਓ, ਕਦੇ ਦੇਖ ਲਓ ਕਦੇ ਹਿੰਦੁਸਤਾਨ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਮੈਂ ਉਹਨੂੰ ਟੈਲੀਵਿਜ਼ਨ ਦੇਖ ਰਿਹਾ ਸੀ ਕੁਝ ਦਿਨ ਪਹਿਲਾਂ, ਔਰ ਉਹ ਕਿਸੇ ਐਂਕਰ ਨੇ ਪੁੱਛਿਆ ਉਹਨਾਂ ਨੂੰ ਕਿ ਜੀ ਬਾਲਾਕੋਟ ਬਾਰੇ ਤੁਸੀਂ ਕੀ ਕਹਿਣਾ ਹੈ? ਉਹ ਕਹਿੰਦੇ ਉਹ ਕੀ ਚੀਜ਼ ਹੈ ਜੀ? ਹੁਣ ਜਦ ਤੁਹਾਨੂੰ ਪਤਾ ਨਹੀਂ ਕਿ ਸਾਡੇ ਮੁਲਕ 'ਚ ਹੋ ਕੀ ਰਿਹਾ, ਕਿਸ ਕਿਸਮ ਦੀਆਂ ਗੱਲਾਂ ਨੇ, ਤਾਂ ਤੁਸੀਂ ਕਿਸ ਵਾਸਤੇ ਸਿਆਸਤ 'ਚ ਆਉਣਾ ਚਾਹੁੰਦੇ ਹੋ? ਇਹ ਰਹਿਣ ਵਾਲਾ ਬੰਬੇ ਦਾ, ਇਹਦਾ ਫਾਰਮ ਬੰਬੇ 'ਚ, ਇਹਦਾ ਘਰ ਬੰਬੇ 'ਚ, ਇਹਦਾ ਕਾਰੋਬਾਰ ਬੰਬੇ, ਤੋਂ ਤੂੰ ਇੱਥੇ ਕੀ ਤਕਲੀਫ ਕਰ ਰਿਹਾ? ਮੈਂ ਪੁੱਛਣਾ ਚਾਹੁੰਦਾ। ਔਰ ਤੇਰਾ ਪਿੰਡ ਵੀ ਨਹੀਂ ਇੱਧਰ, ਧਰਮਿੰਦਰ ਆਉਂਦਾ ਲੁਧਿਆਣੇ ਤੋਂ, ਇਹਦਾ ਫਾਦਰ ਦਾ ਪਿੰਡ ਉੱਥੇ ਲੁਧਿਆਣੇ, ਪਹਿਲਾਂ ਸਾਡੇ ਟਿਊਬਵੈਲ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਸੀ ਮੇਰਾ ਖਿਆਲ, ਉੱਥੇ ਦੇ ਰਹਿਣ ਵਾਲੇ ਨੇ ਲੁਧਿਆਣੇ 'ਚ। ਅਤੇ ਤੂੰ ਭਾਈ ਕੀ ਕਰਨਾ ਚਾਹੁੰਦਾ ਉਰੇ? ਤੂੰ ਸਿਰਫ ਵੋਟ ਲੈ ਕੇ ਇਲੈਕਟ ਹੋਣਾ ਚਾਹੁੰਦਾ, ਫਿਰ ਕਦੇ ਮੂੰਹ ਦਿਖਾਏਗਾ ਇੱਥੇ? ਜਿਹੜੀ ਸਮੱਸਿਆਵਾਂ ਨੇ ਗੁਰਦਾਸਪੁਰ ਦੀ ਤੂੰ ਲਏਗਾ? ਜਦ ਤੈਨੂੰ ਪਤਾ ਹੀ ਨਹੀਂ ਕੁਛ, ਜਦ ਤੈਨੂੰ ਤਾਂ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ। ਉਹ ਪਹਿਲੇ ਦਿਨ ਜਦੋਂ ਕਰ ਰਿਹਾ ਸੀ ਰੋਡ ਸ਼ੋਅ, ਮੈਂ ਸੁਣ ਲਈ ਸੀ ਇਹਦੀ ਪੰਜਾਬੀ ਕੀ ਬੋਲ ਰਿਹਾ ਉੱਥੇ। ਇਹ ਗੱਲਾਂ ਆਪਾਂ ਨੂੰ ਸੋਚਣੀਆਂ ਚਾਹੀਦਾ, ਇਹ ਕੋਈ ਮਖੌਲ ਨਹੀਂ ਹੈ, ਇਹ ਹਿੰਦੁਸਤਾਨ ਦੀ ਹਕੂਮਤ ਹੈ, ਹਿੰਦੁਸਤਾਨ ਦੇ ਪਾਰਲੀਮੈਂਟ ਦੇ ਵਿੱਚ ਉਹਨੇ ਹਿੱਸਾ ਪਾਉਣਾ। ਔਰ ਇਹਨੇ ਸਿਰਫ ਉਰੇ ਇਸ ਕਰਕੇ ਆਇਆ ਕਿਉਂਕਿ ਬੀਜੇਪੀ ਨੇ ਇਹਦੀ ਪੂਛ ਮਰੋੜੀ ਆਉਣੀ ਹੈ ਕਿ ਤੂੰ ਜਾ ਉੱਥੇ। ਇਸ ਲਈ
ਕਿ ਜਿਹੜਾ ਮੈਂ ਕਾਗਜ਼ 'ਚ ਪੜ੍ਹਿਆ ਸੀ ਅਖਬਾਰਾਂ 'ਚ 58 ਕਰੋੜ ਦਾ ਇਹਨਾਂ ਨੇ ਬੈਂਕਾਂ ਦਾ ਮੋੜਨਾ ਪੈਸਾ ਇਸ ਮੁੰਡੇ ਨੇ। ਇਸ ਕਰਕੇ ਇਹਨਾਂ ਨੇ ਮਰੋੜ ਤੇ ਹੋਣੀ ਹੈ ਕਿ ਜਾਂ ਤਾਂ ਤੂੰ ਸਾਡਾ ਕੈਂਡੀਡੇਟ ਬਣ, ਨਹੀਂ ਤੇਰੇ 'ਤੇ ਇੱਥੇ ਛਾਪਾ ਮਾਰਾਂਗੇ ਇਨਕਮ ਟੈਕਸ ਦਾ। ਇਹੀ ਕਰਦੇ ਨੇ ਨਾ ਬੀਜੇਪੀ ਵਾਲੇ। ਔਰ ਉਹ ਆ ਕੇ ਇੱਥੇ ਬੋਲਣ ਲੱਗ ਗਿਆ ਔਰ ਤੁਹਾਡਾ ਕੈਂਡੀਡੇਟ ਬਣ ਗਿਆ, ਲੇਕਿਨ ਤੁਹਾਡੇ ਵਾਸਤੇ ਕੀ ਸੇਵਾ ਕਰੂੰਗਾ ਸਾਡੇ ਗੁਰਦਾਸਪੁਰ ਦੀ, ਮੈਂ ਜਾਣਨਾ ਚਾਹੁੰਦਾ ਕੀ ਸੇਵਾ ਕਰੂੰਗਾ। ਜਿੱਥੇ ਤਾਂ ਇਹ ਸੁਨੀਲ ਜੀ ਨੇ ਸਾਰੀ ਉਮਰ ਇੱਥੇ ਲਾਤੀ ਇਸ 'ਚ, ਔਰ ਮੈਂ ਤੁਹਾਨੂੰ ਅੱਜ ਦੱਸਦਾ ਸਟੇਜ 'ਤੇ ਖੜ ਕੇ, ਇੱਕ ਦਿਨ ਤੁਸੀਂ ਇਹਨਾਂ ਨੂੰ ਸਾਡਾ ਮੁੱਖ ਮੰਤਰੀ ਦੇਖੋਗੇ ਪੰਜਾਬ ਦਾ, ਇਹ ਤੁਹਾਡੇ ਸਾਹਮਣੇ। ਇਟ ਇਜ਼ ਅ ਫੈਕਟ। ਔਰ ਇੱਕ ਦਿਨ ਤੁਸੀਂ ਦੇਖੋਗੇ ਇਹਨਾਂ ਨੂੰ ਇੱਥੇ। ਔਰ ਇਹ ਹੈ ਜਿਹੜੇ ਬੰਦੇ ਸਿੱਖਦੇ ਨੇ ਇਸ ਕੰਮ 'ਚੋਂ ਔਰ ਫਿਰ ਆਪਣਾ ਕੰਮ ਅੱਗੇ ਕਰਦੇ ਨੇ, ਔਰ ਆਪਣੇ ਦੇਸ਼ ਵਾਸਤੇ, ਆਪਣੇ ਸੂਬੇ ਵਾਸਤੇ, ਆਪਣੇ ਇਲਾਕੇ ਵਾਸਤੇ, ਆਪਣੇ ਗੁਰਦਾਸਪੁਰ ਵਾਸਤੇ ਇਹ ਕੰਮ ਕਰਨਗੇ। ਤਾਂ ਮੈਂ ਆਸ ਕਰਦਾ ਕਿ ਤੁਸੀਂ ਹੁਣ ਡਟ ਜਾਓਗੇ ਔਰ ਆਹ ਕੁਛ ਦਿਨ ਜਿਹੜੇ ਰਹਿ ਗਏ ਉਸ ਐਕਟਰ ਨੂੰ ਜਰਾ ਹੱਥ ਜੋੜ ਦੇਣਾ, ਦੇਖ ਲੈਣਾ, ਤਸਵੀਰ ਖਿੱਚ ਲੈਣਾ ਉਹਦੇ ਨਾਲ। ਕਈ ਖਿੱਚਦੇ ਰਹਿੰਦੇ ਨੇ ਕਿ ਐਕਟਰ ਆ ਗਿਆ, ਲੇਕਿਨ ਇਸ ਤੋਂ ਇਲਾਵਾ ਇਹਨਾਂ ਨੂੰ ਤੁਸੀਂ ਇੱਥੋਂ ਜਿਤਾਓ ਔਰ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਇਹਨਾਂ ਨੂੰ ਇੱਥੋਂ ਕੈਂਡੀਡੇਟ ਵੀ ਬਣਾਈਏ, ਆਪਣਾ MP ਵੀ ਬਣਨ ਔਰ ਅੱਗੇ ਆਪਣੇ ਦੇਸ਼ ਦਾ ਭਵਿੱਖ ਬਣਾਉਣ ਦੇ ਵਿੱਚ ਇਹ ਆਪਣਾ ਹਿੱਸਾ ਪਾਉਣ। ਤੋਂ ਅੱਜ ਬੜਾ ਸ਼ੁਕਰੀਆ ਤੁਹਾਡਾ, ਤੁਸੀਂ ਲੇਟ ਮੈਂ ਆਇਆ ਲੇਕਿਨ ਤੁਸੀਂ ਬੈਠੇ ਹੋ ਰਹੇ। ਬਹੁਤ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਬਹੁਤ ਬਹੁਤ ਧੰਨਵਾਦ, ਜੈ। ਥੈਂਕ ਯੂ।